ਮਨਮੋਹਨ ਸਿੰਘ ਦੀ ਕਿ ਹੋਣੀ ਚਾਹੀਦੀ ਹੈ ਅਤੇ ਨਾਲ ਇਹਦੀ ਵੀ ਹੋਣੀ ਚਾਹੀਦੀ ਹੈ ਸਕਰੀਨਿੰਗ ਕਿਹਦੇ 'ਚ ਹੈ ਕੈਪੇਬਿਲਿਟੀ ਹੈ ਪ੍ਰਾਈਮ ਮਿਨਿਸਟਰ ਦੀ। ਪ੍ਰਧਾਨ ਮੰਤਰੀ ਪਦ ਕੇ ਲੀਏ ਮੈਨੇ ਡਾਕਟਰ ਮਨਮੋਹਨ ਸਿੰਘ ਕੋ ਚੁਣਾ ਹੈ। ਬਦਕਿਸਮਤੀ ਹੈ ਹਿੰਦੁਸਤਾਨ ਦੀ ਕਿ ਇੱਕ ਝੂਠ ਬੋਲਣ ਵਾਲਾ ਪ੍ਰਾਈਮ ਮਿਨਿਸਟਰ ਅਸੀਂ ਬਣਾ ਕੇ ਆਪਣੀ ਕੰਟਰੀ ਦਾ ਸਿਰ ਨਹੀਂ ਵਾਂਗਾ। ਮੁਝੇ ਤੋ ਡਾਕਟਰ ਸਾਹਿਬ ਭੀਸ਼ਮ ਜੈਸੇ ਲਗਤੇ ਹੈ ਜਿਨਮੇ ਕੋਈ ਬੁਰਾਈ ਨਹੀਂ ਹੈ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ 10 ਸਾਲਾਂ ਦੇ ਕਾਰਜਕਾਲ ਤੇ ਆਧਾਰਿਤ ਫਿਲਮ ਦਾ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਯਾਨੀ ਕਿ ਅਚਾਨਕ ਬਣਿਆ ਪ੍ਰਧਾਨ ਮੰਤਰੀ ਦਾ ਟ੍ਰੇਲਰ ਜਾਰੀ ਹੁੰਦਿਆਂ ਹੀ ਵਿਵਾਦ ਸ਼ੁਰੂ ਹੋ ਗਿਆ। ਇਸ ਫਿਲਮ ਵਿੱਚ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਮਨਮੋਹਨ ਸਿੰਘ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਨੇ। ਇਸ ਫਿਲਮ ਦੇ ਟ੍ਰੇਲਰ ਨੂੰ ਬੀਜੇਪੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝਾ ਕਰਨ ਲੱਗਿਆਂ ਬਿਲਕੁਲ ਵੀ ਦੇਰ ਨਹੀਂ ਲਈ, ਜਿਸ 'ਤੇ ਬੋਲਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਨਮੋਹਨ ਸਿੰਘ ਐਕਸੀਡੈਂਟਲ ਪ੍ਰਧਾਨ ਮੰਤਰੀ ਯਾਨੀ ਕਿ ਅਚਾਨਕ ਬਣੇ ਪ੍ਰਧਾਨ ਮੰਤਰੀ ਨਹੀਂ ਬਲਕਿ ਨਰਿੰਦਰ ਮੋਦੀ ਅਚਾਨਕ ਬਣਿਆ ਪ੍ਰਧਾਨ ਮੰਤਰੀ ਹੈ ਅਤੇ ਉਹਨਾਂ ਨੇ ਮੋਦੀ ਨੂੰ ਜੁਮਲੇਬਾਜ਼ ਅਤੇ ਨੌਟੰਕੀਬਾਜ਼ ਦੱਸਿਆ ਅਤੇ ਕਿਹਾ ਸਾਡੀ ਬਦਕਿਸਮਤੀ ਹੈ ਕਿ ਮੋਦੀ ਵਰਗਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ। ਬੋਲਦਾ ਸਪੈਸ਼ਲ ਸਕਰੀਨਿੰਗ ਕੀ ਕਰਨੀ, ਉਹ ਤਾਂ ਮੋਦੀ ਤਾਂ ਸਕਰੀਨਿੰਗ ਪਹਿਲਾਂ ਹੀ ਹੋਈ ਹੈ। ਓਨੈਸਟੀ, ਇੰਟੈਗਰਿਟੀ, ਨੈਸ਼ਨੈਲਿਟੀ ਮਨਮੋਹਨ ਸਿੰਘ ਦੀ ਕਿ ਹੋਣੀ ਚਾਹੀਦੀ ਹੈ ਅਤੇ ਨਾਲ ਇਹਦੀ ਵੀ ਹੋਣੀ ਚਾਹੀਦੀ ਹੈ ਸਕਰੀਨਿੰਗ ਕਿਹਦੇ 'ਚ ਹੈ ਕੈਪੇਬਿਲਿਟੀ ਹੈ ਪ੍ਰਾਈਮ ਮਿਨਿਸਟਰ ਦੀ। ਨਾ ਸਰ, ਤੁਸੀਂ ਸਮਝ ਲਓ ਕਿ ਲੋਕ ਸਭਾ ਇਲੈਕਸ਼ਨ ਦੇ ਕੋਲੇ ਕਾਂਗਰਸ ਡਿਮਾਂਡ ਕਰ ਰਹੀ ਹੈ ਕਿ ਲੋਕ ਸਭਾ ਇਲੈਕਸ਼ਨ ਦੇ ਕੋਲੇ ਜਾਣ ਬੁੱਝ ਕੇ ਰਿਲੀਜ਼ ਇਸ ਟਾਈਮ ਕੀਤਾ ਜਾ ਰਿਹਾ ਫਿਲਮ ਨੂੰ। ਪਹਿਲੀ ਗੱਲ ਤਾਂ ਜਿਹੜੀ ਇਹਨਾਂ ਨੇ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਜਿਹੜੀ ਫਿਲਮ ਰਿਲੀਜ਼ ਕੀਤੀ ਹੈ ਇਹਦਾ ਜਿਹੜਾ ਉਹਨਾਂ ਨੇ ਕਿਹਾ ਕਿ ਸਪੈਸ਼ਲ ਸਕਰੀਨਿੰਗ ਹੋਣੀ ਚਾਹੀਦੀ ਹੈ, ਬਿਲਕੁਲ ਕਾਂਗਰਸ ਨੇ ਬੜੀ ਵਧੀਆ ਡਿਮਾਂਡ ਰੱਖੀ ਆ। ਪਰ ਨਾਲ ਦੀ ਨਾਲ ਹੀ ਮੈਂ ਇਹ ਜ਼ਰੂਰ ਕਹੂੰਗਾ ਕਿ ਡਾਕਟਰ ਮਨਮੋਹਨ ਸਿੰਘ ਹੋਣੀ ਇਹ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਨਹੀਂ ਕਿਹਾ ਜਾ ਸਕਦਾ, ਚਾਹੇ ਉਹਨਾਂ ਦੀ ਛਵੀ ਜਿਹੜੀ ਜਿਵੇਂ ਇਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਲਈ, ਖਾਸ ਕਰਕੇ ਪੂਰੇ ਹਿੰਦੁਸਤਾਨ ਲਈ ਇਹ ਬੜੀ ਆਨਰ ਵਾਲੀ ਗੱਲ ਸੀ ਕਿ ਇੱਕ ਇਕੋਨੋਮਿਸਟ ਇੰਡੀਆ ਦਾ ਪ੍ਰਾਈਮ ਮਿਨਿਸਟਰ ਬਣਿਆ ਔਰ ਜਿਹਨੇ ਇੰਡੀਆ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਤਾ ਜਦੋਂ ਪੂਰਾ ਵਰਲਡ ਇੱਕ ਵਾਰੀ ਹਿੱਲ ਗਿਆ ਸੀ। ਡਾਕਟਰ ਮਨਮੋਹਨ ਸਿੰਘ ਹੋਣਾਂ ਨੂੰ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਕਹਿਣਾ ਜਾਂ ਉਹਨਾਂ ਦੀ ਛਵੀ ਨੂੰ ਉਹੋ ਜਿਹਾ ਦਿਖਾਉਣਾ, ਮੇਰਾ ਖਿਆਲ ਹੈ ਕਿ ਇਹਨਾਂ ਦੀ ਜਿਹੜੀ ਮਾਨਸਿਕਤਾ ਜਿਹੜੀ ਹੈ ਬੀਜੇਪੀ ਦੀ ਉਹਦਾ ਦੁਆਲਾ ਨਿਕਲ ਗਿਆ ਜਿਹੜਾ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਇਹੋ ਜਿਹੇ ਪ੍ਰਾਈਮ ਮਿਨਿਸਟਰ ਦੀ ਇਮੇਜ ਨੂੰ ਜਿਹਦੀ ਇੰਟੈਗਰਿਟੀ, ਨੈਸ਼ਨੈਲਿਟੀ, ਓਨੈਸਟੀ ਦੇ ਉੱਤੇ ਕੋਈ ਵੀ ਕੁਐਸਚਨ ਮਾਰਕ ਕਦੀ ਨਹੀਂ ਆਇਆ ਔਰ ਜਿਸ ਉਹਨਾਂ ਨੇ ਕੰਮ ਕੀਤਾ ਓਨੈਸਟੀ ਦੇ ਨਾਲ ਹਿੰਦੁਸਤਾਨ ਦੇ 10 ਸਾਲ ਹਿੰਦੁਸਤਾਨ ਨੂੰ ਇੱਕ ਵਾਰ ਪੈਰਾਂ 'ਤੇ ਖੜ੍ਹਾ ਕਰ ਦਿੱਤਾ। ਮੈਂ ਇਹ ਕਹਾਂਗਾ ਕਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਮੋਦੀ ਤਾਂ ਕਿਹਾ ਜਾ ਸਕਦਾ, ਅਨਫਾਰਚੁਨੇਟ ਪੰਜਾਬ ਹਿੰਦੁਸਤਾਨ ਦਾ ਕਿ ਇਹੋ ਜਿਹਾ ਪ੍ਰਾਈਮ ਮਿਨਿਸਟਰ ਜੁਮਲੇਬਾਜ਼ੀ ਵਾਲਾ ਔਰ ਜਿਹਨੂੰ ਮੇਰੇ ਖਿਆਲ ਆ ਕਿ ਇਸ ਪ੍ਰਾਈਮ ਮਿਨਿਸਟਰ ਦੀ ਚੇਅਰ ਦਾ ਉਸ ਕੰਟਰੀ ਦੀ ਜਿਹੜੀ ਹੈਗੀ ਆ ਡਿਗਨਿਟੀ ਦੀ ਜਿਸ ਪੋਸਟ 'ਤੇ ਉਹ ਬੈਠੇ ਨੇ ਉਹਦਾ ਕਦੀ ਉਹਨਾਂ ਖਿਆਲ ਨਹੀਂ ਰੱਖਿਆ। ਜਦੋਂ ਕਿਤੇ ਵੀ ਸਪੀਚ ਕਰਦੇ ਨੇ ਉਹ ਇਵੇਂ ਬਿਹੇਵ ਕਰਦੇ ਨੇ ਜਿਵੇਂ ਬੀਜੇਪੀ ਦਾ ਇੱਕ ਛੋਟਾ ਲੀਡਰ ਉੱਥੇ ਨੌਟੰਕੀਬਾਜ਼ੀ ਕਰ ਰਿਹਾ। ਆ ਤੁਸੀਂ ਹੁਣੇ ਹੀ ਕੱਲ੍ਹ ਦੀ ਜੇ ਧਰਮਸ਼ਾਲਾ ਦੀ ਆਪਾਂ ਗੱਲ ਲੈ ਲਈਏ, ਪ੍ਰਾਈਮ ਮਿਨਿਸਟਰ ਕਹਿ ਰਿਹਾ ਕਿ ਪੰਜਾਬ ਮੇਂ ਆਜ ਤੱਕ ਕਿਸੀ ਵੀ ਕਿਸਾਨ ਕਾ ਕਰਜ਼ ਮਾਫ਼ ਨਹੀਂ ਕੀਤਾ ਗਿਆ। ਤੋ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ, ਪ੍ਰਾਈਮ ਮਿਨਿਸਟਰ ਸਾਹਿਬ 4,22,000 ਪੰਜਾਬ 'ਚ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜੋ ਅਪਰੋਕਸੀਮੇਟਲੀ 3,500-3,600 ਕਰੋੜ ਰੁਪਈਆ ਉਹ ਅਸੀਂ ਕੀਤਾ। ਅਤੇ ਜੇ ਇਸੇ ਚੀਜ਼ ਨੂੰ ਲੈ ਲਈਏ ਤਾਂ ਮੇਰਾ ਖਿਆਲ ਹੈ ਕਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਜੇ ਕਿਹਾ ਜਾ ਸਕਦਾ ਤਾਂ ਉਹ ਮੋਦੀ ਨੂੰ ਕਿਹਾ ਜਾ ਸਕਦਾ ਕਿ ਜਿਹੜਾ ਬਦਕਿਸਮਤੀ ਹੈ ਹਿੰਦੁਸਤਾਨ ਦੀ ਕਿ ਇੱਕ ਝੂਠ ਬੋਲਣ ਵਾਲਾ ਪ੍ਰਾਈਮ ਮਿਨਿਸਟਰ ਅਸੀਂ ਬਣਾ ਕੇ ਆਪਣੀ ਕੰਟਰੀ ਦਾ ਸਿਰ ਨੀਵਾਂ ਕਰ ਰਹੇ। ਰੰਧਾਵਾ ਨੇ ਅੱਗੇ ਕਿਹਾ ਕਿ ਦਲਜੀਤ ਚੀਮਾ ਨੇ ਜਥੇਦਾਰਾਂ ਨੂੰ ਨਾਲ ਲਿਜਾ ਕੇ ਡੇਰਾ ਮੁਖੀ ਨੂੰ ਬਿਨਾਂ ਮੰਗਿਆ ਮਾਫ਼ੀ ਦਵਾਈ ਅਤੇ ਚੀਮਾ ਇਹ ਸਾਫ਼ ਕਰਨ ਕਿ ਡੇਰਾ ਮੁਖੀ ਨੂੰ ਬਿਨਾਂ ਮੰਗਿਆ ਮਾਫ਼ੀ ਕਿਉਂ ਦਿੱਤੀ ਗਈ। ਪਹਿਲੀ ਗੱਲ ਤਾਂ SIT ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ, ਸਰਕਾਰ ਇਹ ਵੀ ਸਰਕਾਰਾਂ ਬਣਦੀਆਂ ਨੇ, ਇਹਨਾਂ ਦੇ ਟਾਈਮ 'ਚ ਵੀ SIT ਬਣਦੀਆਂ ਰਹੀਆਂ, ਇਹਨਾਂ ਦੇ ਟਾਈਮ 'ਚ ਇਨਕੁਆਇਰੀਆਂ ਚੱਲਦੀਆਂ ਰਹੀਆਂ, ਬੁਲਾਉਂਦੇ ਵੀ ਰਹੇ ਨੇ। SIT ਇਹ ਬੜਾ ਇੱਕ ਸੈਂਸਿਟਿਵ ਇਸ਼ੂ ਆ ਜਿਹਦੇ ਵਿੱਚ ਬਰਗਾੜੀ ਸਾਹਿਬ ਦੇ ਗੁਰਦੁਆਰਾ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਬਾਰੇ, ਅਤੇ ਇਹਦੇ ਵਿੱਚ ਜੇ ਕੋਈ ਸਪੋਕਸ ਪਰਸਨ ਸੀਗਾ ਉਸ ਟਾਈਮ ਜਿਹੜਾ ਸਭ ਤੋਂ ਵੱਧ ਬੋਲਦਾ ਰਿਹਾ ਅਤੇ ਉਹ ਦਲਜੀਤ ਸਿੰਘ ਚੀਮਾ ਔਰ ਨਾਲ ਨਾਂ ਇਹ ਵੀ ਆਉਂਦਾ ਰਿਹਾ ਕਿ ਇਹ ਜਿਹੜੇ ਜਥੇਦਾਰਾਂ ਨੂੰ ਲੈ ਕੇ
ਉੱਥੇ ਲੈ ਕੇ ਗਏ ਅਤੇ ਉਹਦੇ ਬਾਅਦ ਸੌਦਾ ਸਾਧੂ ਨੂੰ ਇਹਨਾਂ ਨੇ ਮੁਆਫ਼ੀ ਜਿਹੜੀ ਦਿੱਤੀ। ਸੋ ਮੈਂ ਇੱਕੋ ਚੀਜ਼ ਪੁੱਛਣਾ ਚਾਹੁੰਦਾ ਚੀਮਾ ਸਾਹਿਬ ਨੂੰ ਕਿ ਚੀਮਾ ਸਾਹਿਬ ਜਿਹੜਾ ਸਾਡੇ ਧਰਮ 'ਚ ਹੀ ਨਹੀਂ, ਜਿਹੜੇ ਬੰਦਾ ਸਿੱਖੀ ਨੂੰ ਨਹੀਂ ਮੰਨਦਾ, ਜਿਸ ਬੰਦੇ ਨੇ ਐਪਲੀਕੇਸ਼ਨ ਨਹੀਂ ਦਿੱਤੀ, ਦਰਖਾਸਤ ਨਹੀਂ ਕੀਤੀ ਕਿ ਮੈਨੂੰ ਮੁਆਫ਼ ਕੀਤਾ ਜਾਏ, ਉਹਦਾ ਇੱਕ ਵੱਖਰਾ ਧਰਮ ਸੀ, ਉਹਦੇ 'ਚ ਜਾ ਕੇ ਤੁਹਾਨੂੰ ਉਹਨੂੰ ਸਿੱਖੀ 'ਚੋਂ ਜਾਂ ਉਹਨੂੰ ਲੈਣ ਦਾ ਕੋਈ ਮਤਲਬ ਹੀ ਨਹੀਂ ਸੀ ਬਣਦਾ। ਪਹਿਲੀ ਗੱਲ ਤਾਂ ਉਹ ਕਲੈਰਿਟੀ ਕਰ ਦੇਣ, ਅਤੇ ਦੂਸਰੀ ਜਿਹੜੀ ਚੀਜ਼ ਹੈ ਕਿ ਜੇ ਇਹਨਾਂ ਨੂੰ ਡਰ ਕਿਉਂ ਆ, ਜੇ ਵਿਧਾਨ ਸਭਾ 'ਚ ਪੈਰਾਂ ਥੱਲੇ ਰੋਲੀ ਤੁਸੀਂ ਮੇਰੇ ਖਿਆਲ ਵਿੱਚ ਜੇ ਇੰਨੀ ਸੀਗੀ ਤਾਂ ਇਹਨਾਂ ਨੂੰ ਪਹਿਲੇ ਦੇਣ ਹੀ ਚਾਹੀਦਾ ਸੀ ਕਿ ਜਿਹੜੀ ਇਹਨਾਂ ਦਾ ਜੋਰਾ ਸਿੰਘ ਕਮਿਸ਼ਨ ਉਹਦੀ ਰਿਪੋਰਟ ਲਾਗੂ ਕਰਦੇ। ਇਹ ਆਪ ਮਿਨਿਸਟਰ ਸੀਗੇ, ਉਹਨੂੰ ਜਿਹੜੀ ਮਰਜ਼ੀ ਐੱਸ ਆਈ ਟੀ ਬਣਾ ਦਿੰਦੇ। ਅਤੇ ਇਹ ਚੀਜ਼ ਨੂੰ ਹੁਣ ਪੋਲੀਟੀਕਲੀ ਨਹੀਂ ਸਾਨੂੰ ਲੈਣਾ ਚਾਹੀਦਾ ਇਹਦੇ 'ਚ, ਅਤੇ ਹੁਣ ਲੋਕਾਂ ਦੀ ਜਿਹੜੀ ਸ਼ਰਧਾ ਆਸਥਾ ਉਹ ਇਹ ਆ ਕਿ ਗੁਰੂ ਸਾਹਿਬ ਦੀ ਜਿਹਨਾਂ ਬੇਅਦਬੀ ਕੀਤੀ ਉਹਨਾਂ ਨੂੰ ਜਲਦੀ, ਅਤੇ ਕੈਪਟਨ ਸਾਹਿਬ ਉਹੋ ਹੀ ਕਰ ਰਹੇ ਨੇ ਕਿ ਉਹਨਾਂ ਨੇ ਜਿਹੜੀ ਐੱਸ ਆਈ ਟੀ ਬਣਾ ਦਿੱਤੀ। ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਇਹਨਾਂ ਨੂੰ, ਅਕਾਲੀ ਦਲ ਨੂੰ, ਕਿ ਜਿਹੜੇ ਪੁਲਿਸ ਔਫਿਸਰ ਲਾਏ ਨੇ ਕੀ ਗੱਲ ਉਹਨਾਂ ਦੀ ਇੰਟੈਗਰਿਟੀ 'ਤੇ ਤੁਹਾਨੂੰ ਕੋਈ ਡਾਊਟ ਆ? ਅਤੇ ਜਿਹੜਾ ਕੋਈ ਇੱਕ ਦੋ ਅੱਧਾ ਹੈਗਾ ਤਾਂ ਉਹਦਾ ਜਾ ਕੇ ਹਾਈਕੋਰਟ 'ਚ ਉਹਦੇ ਅਗੇਂਸਟ ਐਫੀਡੇਵਿਟ ਦੇਣ, ਆਪੇ ਹਾਈਕੋਰਟ ਫੈਸਲਾ ਕਰੇਗੀ ਜਿੱਥੇ ਡੇ ਟੂ ਡੇ ਐੱਸ ਆਈ ਟੀ ਦੀ ਰਿਪੋਰਟਿੰਗ ਜਿਹੜੀ ਹੋ ਰਹੀ ਹੈ। ਚੰਡੀਗੜ੍ਹ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ।